ਠੀਕ ਹੈ ਸੀਨੀਅਰ ਨੇ ਤੇ ਤਜਰਬਾ ਹੈ ਤੇ ਲਾਈਫ ਦੇ ਤਜਰਬੇ ਦਾ ਨਿਚੋੜ ਜਿਹੜਾ ਉਹਨੇ ਇਸ ਗਾਣੇ 'ਚ ਕੱਢਿਆ ਤੇ ਵਧੀਆ ਮਿਊਜ਼ਿਕ ਹੈ ਹਮੇਸ਼ਾ ਉਹਨਾਂ ਦਾ ਐਵੇਂ ਦਾ ਥੋੜਾ ਜਿਹਾ ਸ਼ੌਕ ਜਿਹਾ ਹੁੰਦਾ ਵਾ ਹੈਨਾ ਹਾਂ ਉਹਨਾਂ ਦਾ ਮਿਊਜ਼ਿਕ ਇੱਕ ਕਿਸਮ ਦਾ ਹੁੰਦਾ ਥੋੜੀ ਡਿਫਰੈਂਸ਼ੀਏਟ ਨਹੀਂ ਕਰ ਸਕਦਾ ਨਾ ਬੰਦਾ ਈਜ਼ੀਲੀ ਸੋਰੀ ਕਰ ਸਕਦਾ ਹੈ ਕਿ ਵੀ ਆਹ ਬੱਬੂ ਦਾ ਗਾਣਾ ਬੱਬੂ ਮਾਨ ਦਾ ਤੇ ਠੀਕ ਹੈ ਵਧੀਆ ਲੱਗਾ ਸਾਨੂੰ ਵਧੀਆ ਗਾਣਾ ਲੱਗਾ ਔਰ ਉਹਨਾਂ ਨੇ ਕੁਛ ਜ਼ਿੰਦਗੀ ਦੇ ਪਹਿਲੂਆਂ ਦੀ ਵੀ ਅਕਾਸੀ ਕੀਤੀ ਹੈ ਵਿੱਚ ਥੋੜੇ ਜਿਹੇ ਗੱਲਾਂ ਉਹਨਾਂ ਨੇ ਸਾਰੀਆਂ ਉਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਇਸ ਗਾਣੇ ਵਿੱਚ ਉਹ ਆਪਣੇ ਆਪ ਤੇ ਮੇਰਾ ਖਿਆਲ ਰਿਲੇਟਡ ਕੀਤੀਆਂ ਨੇ ਜ਼ਾਹਰ ਹੈ ਪਹਿਲੇ ਸਭ ਇਨਸਾਨ ਉਹੀ ਗੱਲਾਂ ਕਰਦਾ ਜੋ ਉਹਦੀ ਜ਼ਿੰਦਗੀ 'ਚ ਉਹਨੂੰ ਤਜਰਬਾ ਹਾਸਲ ਹੋਇਆ ਹੁੰਦਾ ਜਾਂ ਉਹਦੀ ਜ਼ਿੰਦਗੀ 'ਚ ਤਜਰਬਾਤ ਦਾ ਨਿਚੋੜ ਹੁੰਦਾ ਬਿਲਕੁਲ ਬਿਲਕੁਲ ਤੇ ਬੋਲ ਤੇ ਸਾਰੇ ਚੰਗੇ ਸਨ ਹਰ ਬੰਦੇ ਨੂੰ ਮਤਲਬ ਮੁਤਾਸਰ ਤੇ ਕਰ ਸਕਦੇ ਨੇ ਬਾਕੀ ਗਾਣਾ ਤੁਹਾਨੂੰ ਕਿਵੇਂ ਦਾ ਲੱਗਾ ਹੈ ਕਿਉਂਕਿ ਹਰ ਬੰਦੇ ਦੀ ਆਪਣੀ ਪਸੰਦ ਹੈ ਇੱਥੇ ਪੰਜਾਬ 'ਚ ਅਗਰ ਗੱਲ ਕੀਤੀ ਜਾਵੇ ਸਿੰਗਰਾਂ ਦੀ ਤਾਂ ਸਭ ਤੋਂ ਜਿਹੜੀ ਜ਼ਿਆਦਾ ਫੈਨ ਫੋਲੋਇੰਗ ਹੈ ਉਹ ਨੋ ਡਾਊਟ ਸਿੱਧੂ ਭਾਜੀ ਦੀ ਹੈ ਨੰਬਰ 1 ਤੇ ਉਸ ਤੋਂ ਬਾਅਦ ਇਹਨਾਂ ਦਾ ਨਾਂ ਜਿਹੜਾ ਹੈ ਅੱਜ ਕੱਲ੍ਹ ਥੋੜ੍ਹਾ ਥੱਲੇ ਆ ਰਿਹਾ ਕਿਉਂਕਿ ਉਨੀ ਫੈਨ ਫੋਲੋਇੰਗ ਇਹਨਾਂ ਦੀ ਨਹੀਂ ਰਹੀ ਕਿਉਂਕਿ ਮੇਰੀ ਅਬਜ਼ਰਵੇਸ਼ਨ ਹੈ ਮੇਰੀ ਅਬਜ਼ਰਵੇਸ਼ਨ ਹੈ ਠੀਕ ਹੈ ਨਾ ਮੈਂ ਮੇਰੀ ਰਾਏ ਨਹੀਂ ਹੋ ਸਕਦੀ ਹੈ ਕਿਉਂਕਿ ਇਹਨਾਂ ਦੇ ਜਿਹੜੇ ਆਪਣੇ ਫੈਨ ਹੋਣਗੇ ਉਹ ਇਹਨਾਂ ਨੂੰ ਟੌਪ ਤੇ ਸਮਝਦੇ ਹੋਣਗੇ ਤੇ ਚਲੋ ਬਹਰਹਾਲ ਸਾਨੂੰ ਅੱਛਾ ਲੱਗਾ ਬਹੁਤ ਅੱਛੇ ਲੱਗੇ ਨੇ ਗਾਣੇ ਦੇ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ